ਹਰਪ੍ਰੀਤ ਸਿੰਘ ਜਵੰਦਾ ਦੀਆਂ ਕਹਾਣੀਆਂ ਪਹਿਲੀ ਕਹਾਣੀ ਸਾਰਾ ਪਰਿਵਾਰ ਸਣੇ ਜਵਾਕਾਂ ਦੇ ਹਿਲ ਸਟੇਸ਼ਨ ਤੇ ਨਿਕਲਣ ਲਈ ਤਿਆਰੀਆਂ ਕਰ ਚੁੱਕਾ ਸੀ ਟੱਬਰ ਨੂੰ ਤੋਰਨ ਲਈ ਬਰੂਹਾਂ ਚਾਖ ਲੋਤੀ ਬਜ਼ੁਰਗ ਬੀਬੀ ਸਾਰਿਆਂ ਨੂੰ ਖੁਸ਼ ਹੁੰਦਿਆਂ ਵੇਖ ਰੱਬ ਦਾ ਸ਼ੁਕਰ ਮਨਾ ਰਹੀ ਸੀ ਅਚਾਨਕ ਕਾਗਜ਼ ਤੇ ਲਿਖੀਆਂ ਹੋਈਆਂ ਕੁਝ ਜ਼ਰੂਰੀ ਗੱਲਾਂ ਵਾਲੀ ਲਿਸਟ ਬੀਜੀ ਨੂੰ ਫੜਾ ਦਿੱਤੀ ਗਈ ਲਿਸਟ ਕੁਝ ਏਦਾਂ ਸੀ ਰੋਟੀ ਪਕਾ ਕੇ ਗੈਸ ਵਾਲਾ ਚੁੱਲ੍ਹਾ ਬੰਦ ਕਰਨਾ ਨਾ ਭੁੱਲਿਓ ਨੌਕਰ ਕੋਲੋਂ ਬੈੱਡਰੂਮ ਦੀ ਸਫਾਈ ਆਪ ਖੁਲੋ ਕੇ ਕਰਾਉਣੀ ਕੁੱਤੇ ਨੂੰ ਦਿੱਤੀ ਜਾਂਦੀ ਦਵਾਈ ਵੇਲੇ ਸਿਰ ਖਵਾ ਦੇਣੀ ਜ਼ਰੂਰੀ ਚਿੱਠੀਆਂ ਦਰਾਜ ਵਿੱਚ ਸਾਂਭ ਦੇਣੀਆਂ ਤੇ ਸਭ ਤੋਂ ਜ਼ਰੂਰੀ ਰਾਤ ਨੂੰ ਸੌਣ ਤੋਂ ਪਹਿਲਾਂ ਬੂਹੇ ਨੂੰ ਮੋਟਾ ਸਾਰਾ ਜਿੰਦਰਾ ਜ਼ਰੂਰ ਮਾਰ ਦੇਣਾ ਇੱਕ ਵਾਰ ਪੜਨ ਮਗਰੋਂ ਬੇਬੇ ਨੇ ਪਰਚੀ ਦੂਜੀ ਵਾਰ ਨੀਝ ਲਾ ਕੇ ਪੜਨੀ ਸ਼ੁਰੂ ਕਰ ਦਿੱਤੀ ਸ਼ਾਇਦ ਕਿਦਰੀ ਲਿਖਿਆ ਹੋਇਆ ਉਹ ਲੱਭ ਪਵੇ ਕਿ ਬੀਜੀ ਆਪਣਾ ਵੀ ਖਿਆਲ ਰੱਖਿਓ ਆਪਣੀਆਂ ਦਵਾਈਆਂ ਵਾਲੇ ਵੇਲੇ ਸਿਰ ਲੈ ਲੈਣੀਆਂ ਤੇ ਅਗਲੀ ਵਾਰ ਤੁਸੀਂ ਵੀ ਸਾਡੇ ਨਾਲ ਜਾਣ ਲਈ ਤਿਆਰ ਰਹੋ ਫਿਰ ਲੰਮਾ ਸਾਹ ਲੈ ਕੇ ਸੋਚਣ ਲੱਗੀ ਕਿ ਸ਼ਾਇਦ ਪਿਛਲੀ ਵਾਰ ਵਾਂਗੇ ਇਸ ਵਾਰ ਵੀ ਕਾਹਲੀ ਚ ਗੱਲਾਂ ਲਿਖਣੀਆਂ ਭੁੱਲ ਗਏ ਹੋਣਗੇ ਫਿਰ ਅਚਾਨਕ ਹੀ ਕਾਰ ਸਟਾਰਟ ਹੋਈ ਥੋੜਾ ਜਿਹਾ ਘੱਟਾ ਉੱਡਿਆ ਤੇ ਦੇਖਦਿਆਂ ਦੇਖਦਿਆਂ ਅੱਖੋਂ ਲੀ ਹੋ ਗਈ ਨੈਣਾ ਚ ਮੱਲੋ ਮੱਲੇ ਦੋ ਤੁਰ ਵਹਿ ਤੁਰੇ ਤੇ ਹੱਥੀ ਫੜੇ ਕਾਗਜ਼ ਤੇ ਆ ਡਗੇ ਮਤੇ ਤੁਰਦੇ ਕੋਈ ਬਦਸ਼ਗਨੀ ਨਾ ਹੋ ਜਾਏ ਇਹ ਸੋਚ ਬੀਜੀ ਨੇ ਛੇਤੀ ਨਾਲ ਚੁੰਨੀ ਦੇ ਪੱਲੇ ਨਾਲ ਗਿੱਲੀਆਂ ਅੱਖਾਂ ਪੁੰਝ ਦਿੱਤੀਆਂ ਅਗਲੇ ਪਲ ਬਾਬਾ ਜੀ ਦੇ ਕਮਰੇ ਚ ਅੱਖਾਂ ਮੀਟ ਖਲੋਤੀ ਬੀਜੀ ਲੰਮੇ ਸਫ਼ਰ ਤੇ ਤੁਰ ਗਏ ਆਪਣੇ ਪਰਿਵਾਰ ਦੀ ਸਲਾਮਤੀ ਦੀ ਅਰਦਾਸ ਕਰ ਰਹੀ ਸੀ ਅਗਲੀ ਕਹਾਣੀ ਬਟਾਲੀ ਰੇਲਵੇ ਸਟੇਸ਼ਨ ਦੀ ਪੂਰਬੀ ਬਾਹੀ ਵੱਲ ਸਾਡਾ ਸਰਕਾਰੀ ਕੁਆਟਰ ਹੋਇਆ ਕਰਦਾ ਸੀ ਇੱਕ ਦਿਨ ਮਾਤਾ ਜੀ ਗਾਂ ਦੀ ਧਾਰ ਚੋਂ ਨਿਕਲੇ ਤਾਂ ਦੇਖਿਆ ਇੱਕ ਨਿੱਕਾ ਜਿਹਾ ਕੁੱਤਾ ਬਿਨਾਂ ਵਜਾ ਆਲੇ ਦੁਆਲੇ ਘੁੰਮ ਰਿਹਾ ਸੀ ਉਹਨਾਂ ਨੂੰ ਕੁੱਤਿਆਂ ਤੋਂ ਬਹੁਤ ਨਫ਼ਰਤ ਸੀ ਮੈਨੂੰ ਆਖਣ ਲੱਗੇ ਇਹਨੂੰ ਪਰਾਂ ਭਜਾ ਕੇ ਤੇ ਡੰਗਰਾਂ ਨੂੰ ਦੰਦ ਹੀ ਨਾ ਮਾਰ ਦੇ ਮੈਂ ਦੇਖਿਆ ਤਾਂ ਮੇਰੇ ਵੱਲ ਦੇਖ ਦੁਮ ਹਿਲਾ ਰਿਹਾ ਸੀ ਇੰਜ ਆਖਦਾ ਜਾਪਿਆ ਕਿ ਦੋਸਤ ਤੂੰ ਵੀ ਗਲਤ ਨਾ ਸਮਝ ਲਈਂ ਇਨਾ ਮਾੜਾ ਹੈ ਨਹੀਂ ਜਿੰਨਾ ਮਾਤਾ ਜੀ ਨੇ ਸਮਝ ਲਿਆ ਮੈਂ ਝੂਠੀ-ਮੁੱਠੀ ਛਿੜਕ ਦਿੱਤਾ ਤੇ ਅਹਿਸਾਸ ਦੁਆਕੇ ਦੂਰ ਭਜਾ ਦਿੱਤਾ ਕਿ ਮਿਤਰਾ ਮਾਤਾ ਜੀ ਨੂੰ ਅੰਦਰ ਜਾ ਲੈਣ ਦੇ ਫਿਰ ਤੇਰਾ ਕੇਸ ਵਿਚਾਰਦੇ ਆ ਉਹ ਮੇਰੀ ਰਮਜ਼ ਪਛਾਣ ਦੂਰ ਖਲੋਤਾ ਰਿਹਾ ਤੇ ਜਿਉਂ ਹੀ ਮਾਤਾ ਜੀ ਦੁੱਧ ਵਾਲੀ ਬਾਲਟੀ ਲੈ ਕੇ ਅੰਦਰ ਬੜੇ ਦਮ ਹਿਲਾਉਂਦਾ ਕੋਲ ਆ ਗਿਆ ਮੈਂ ਸਿਰ ਤੇ ਹੱਥ ਫੇਰਿਆ ਤੋਨੇ ਹੱਥ ਚੱਟਣਾ ਸ਼ੁਰੂ ਕਰ ਦਿੱਤਾ ਫਿਰ ਸਾਡੀ ਯਾਰੀ ਪੈ ਗਈ ਹਣ ਉਹ ਸਾਰਾ ਦਿਨ ਉਥੇ ਬਰੂਹਾਂ ਤੇ ਬੈਠਾ ਰਹਿੰਦਾ ਪਰ ਮਾਤਾ ਜੀ ਨੂੰ ਦੇਖ ਦੂਰ ਭੱਜ ਜਾਂਦਾ ਕੋਈ ਉਪਰਾ ਦੇਖ ਪੈਂਦਾ ਤਾਂ ਭੌਂਕਦਾ ਡੰਗਰ ਖੁੱਲ ਜਾਂਦਾ ਤਾਂ ਮੋੜ ਕੇ ਖੁੱਲੀ ਤੇ ਲੈ ਆਉਂਦਾ ਮੈਂ ਉਹਦਾ ਨਾਮ ਜੰਗ ਬਹਾਦਰ ਸਿੰਘ ਰੱਖ ਦਿੱਤਾ ਹੁਣ ਉਹਨੇ ਹੌਲੀ ਹੌਲੀ ਮਾਤਾ ਜੀ ਦੇ ਕੋਲ ਵੀ ਆਉਣਾ ਸ਼ੁਰੂ ਕਰ ਦਿੱਤਾ ਉਸ ਲਈ ਰਾਤ ਦੀ ਬਚੀ ਹੋਈ ਰੋਟੀ ਲੈ ਆਉਂਦੇ ਉਦੋਂ ਮਹਿਲਾਉਂਦਾ ਖਾ ਜਾਂਦਾ ਫਿਰ ਕਦੀ ਪੈਰ ਚੱਟਦਾ ਕਦੀ ਹੱਥ ਮਾਲਿਸ ਜਾਂਦੇ ਟਾਈਮ ਮੇਰੇ ਸਾਈਕਲ ਦੇ ਨਾਲ ਭੱਜਾ ਕਿੰਨੀ ਦੂਰ ਤੱਕ ਛੱਡਨ ਜਾਇਆ ਕਰਦਾ ਤੇ ਵਾਪਸ ਆਉਣ ਵੇਲੇ ਬੈਠਾ ਮੈਨੂੰ ਉੱਡੀਕਦਾ ਹੁੰਦਾ ਹੌਲੀ ਹੌਲੀ ਸਭ ਨੂੰ ਪਤਾ ਲੱਗ ਗਿਆ ਕਿ ਇਹਦਾ ਨਾਮ ਜੰਗ ਬਹਾਦਰੇ ਤੇ ਸਟੇਸ਼ਨ ਮਾਸਟਰ ਹੋ ਰਿਹਾ ਰੱਖਿਆ ਇੱਕ ਵਾਰ ਝੜੀ ਜੀ ਲੱਗੀ ਹੋਈ ਸੀ ਰੂਟੀਨ ਮੁਤਾਬਕ ਮਾਤਾ ਜੀ ਉੱਠੇ ਜੰਗ ਬਹਾਦਰ ਨਹੀਂ ਸੀ ਆਵਾਜ਼ ਮਾਰੀ ਨਾ ਆਇਆ ਸਾਰਾ ਟੱਬਰ ਲੱਭਣ ਲੱਗੇ ਕੋਲ ਰੁੱਖਾਂ ਦੇ ਹੇਠਾਂ ਬਿੜਕ ਜੀ ਹੋਈ ਜੰਗ ਬਹਾਦਰ ਡੋਲ ਲੰਮਾ ਪਿਆ ਸੀ ਮੂੰਹ ਚੋਂ ਝੱਗ ਨਿਕਲ ਰਹੀ ਸੀ ਤਾਂ ਵੀ ਸਾਨੂੰ ਕੋਲ ਵੇਖ ਉਹਦੀ ਦਮ ਆਪ ਮੁਹਾਰੇ ਹਿੱਲਣ ਲੱਗੀ ਡਾਕਟਰ ਬੁਲਾਇਆ ਪਰ ਉਹ ਪਹਿਲਾਂ ਹੀ ਚੜਾਈ ਕਰ ਗਿਆ ਕਿਸੇ ਨੇ ਕੋਈ ਜ਼ਹਿਰੀਲੀ ਚੀਜ਼ ਖਵਾ ਦਿੱਤੀ ਸੀ ਟੋਆ ਪੁੱਟ ਦੱਬਣ ਲੱਗੇ ਤਾਂ ਸਭ ਤੋਂ ਵੱਧ ਮੇਰੀ ਮਾਤਾ ਜੀ ਰੁਹੀ ਕਿੰਨੇ ਦਿਨ ਨਾ ਤਾਂ ਸਾਡੇ ਗਾਂ ਨੇ ਚੱਜ ਨਾਲ ਪੱਠੇ ਖਾਦੇ ਤੇ ਨਾ ਹੀ ਮੇਰੀ ਮਾਂ ਨੇ ਰੋਟੀ ਮਗਰੋਂ ਪਤਾ ਲੱਗਾ ਕਿ ਉਹਦਾ ਅੱਧੀ ਰਾਤ ਨੂੰ ਭੌਂਕਦੇ ਰਹਿਣਾ ਕਈਆਂ ਦੇ ਰਾਹਾਂ 'ਚ ਰੋੜੇ ਅਟਕਾਇਆ ਕਰਦਾ ਸੀ। ਸੋ ਦੋਸਤੋ ਜੰਗ ਬਹਾਦਰ ਨਾਮ ਦਾ ਰੱਬ ਦਾ ਜੀ ਜਾਂਦਾ ਜਾਂਦਾ ਵੀ ਇਹ ਸਬਕ ਦੇ ਗਿਆ ਕਿ ਜੇ ਸੱਚ ਬੋਲਦੇ ਹੋ ਤੇ ਜਾਂ ਫਿਰ ਕਿਸੇ ਨਾਲ ਸੱਚਾ ਪਿਆਰ ਪੈ ਗਿਆ ਹੈ ਤਾਂ ਵੱਡੀ ਕੀਮਤ ਚੁਕਾਉਣ ਲਈ ਹਮੇਸ਼ਾ ਤਿਆਰ ਪਰ ਤਿਆਰ ਰਹੋ। ਅਗਲੀ ਕਹਾਣੀ। ਪਾਪਾ ਜੀ ਜਦੋਂ ਵੀ ਸ਼ਹਿਰੋਂ ਆਉਂਦੇ ਦਿਸ ਪੈਂਦੇ ਤਾਂ ਅਸੀਂ ਉਹਨਾਂ ਦੇ ਸਾਈਕਲ ਵੱਲ ਦੌੜ ਪਿਆ ਕਰਦੇ। ਤੇ ਉਹਨਾਂ ਦਾ ਝੋਲਾ ਲਾ ਲੈਂਦੇ ਅੰਦਰ ਕੇਲੇ ਤਾਂ ਜ਼ਰੂਰ ਹੁੰਦੇ ਫਿਰ ਅਸੀਂ ਸਾਰੇ ਰੱਜ ਰੱਜ ਖਾਂਦੇ ਇੱਕ ਵਾਰ ਇਹਨ ਜੀ ਕਿੰਨੀ ਦੂਰ ਦੌੜੇ ਗਏ ਝੋਲਾ ਫਰੋ ਲਿਆ ਪਰ ਅੰਦਰ ਕੁਝ ਵੀ ਨਾ ਲੱਭਿਆ ਪੁੱਛਿਆ ਸਾਡੇ ਕੇਲੇ ਕਿੱਥੇ ਨੇ ਉਹ ਕੁਝ ਨਾ ਬੋਲੇ ਮੈਂ ਗੁੱਸੇ ਹੋ ਗਈ ਤਿੰਨ ਦਿਨ ਉਹਨਾਂ ਨਾਲ ਗੱਲ ਨਾ ਕੀਤੀ ਉਹ ਅੱਗੇ ਉਹ ਬਾਰ ਬਾਰ ਕਲਾਵੇ ਚ ਲੈ ਕੇ ਮਨਾਉਂਦੇ ਰਹੇ ਤੇ ਨਾਲ ਹੀ ਹੰਝੂ ਵੀ ਵਹਾਉਂਦੇ ਰਹੇ ਸਾਨੂੰ ਸਮਝ ਨਾ ਆਵੇ ਕਿ ਰੋ ਕਿਉਂ ਰਹੇ ਨੇ ਥੋੜੇ ਵੱਡੇ ਹੋਏ ਤਾਂ ਉਹਨਾਂ ਕੇਲਿਆਂ ਵਾਲੀ ਉਹੀ ਗੱਲ ਇੱਕ ਵਾਰ ਫੇਰ ਛੇੜ ਲਈ ਆਖਣ ਲੱਗੇ ਉਸ ਦਿਨ ਪੂਰੇ ਦਰਜਨ ਕੇਲੇ ਲੈ ਕੇ ਆਇਆ ਸੀ ਪਿੰਡਪੜ ਕਿਸੇ ਨੇ ਹੈਂਡਲ ਨਾਲ ਟੰਗੇ ਵੇਖ ਦੱਸ ਦਿੱਤਾ ਕਿ ਸਰਦਾਰ ਜੀ ਆਕੇਲੇ ਨਿਆਣਿਆਂ ਨੂੰ ਨਾ ਖਵਾ ਦਿਓ ਬਿਮਾਰ ਪੈ ਜਾਣਗੇ ਇਹ ਸੂਰਤ ਗੁਜਰਾਤ ਤੋਂ ਆਏ ਨੇ ਜਿੱਥੇ ਭਿਆਨਕ ਮਹਾਮਾਰੀ ਫੈਲੀ ਹੋਈ ਹੈ ਮੈਂ ਡਰ ਗਿਆ ਬੱਚਿਆਂ ਨੂੰ ਕਿਤੇ ਕੁਝ ਹੋਈ ਨਾ ਜਾਏ ਇਸ ਲਈ ਪਿੰਡ ਤੋਂ ਕੁਝ ਦੂਰ ਹਟਵਾ ਸਾਈਕਲ ਖਲਿਹਾਰ ਲਿਆ ਸਾਰੇ ਕੇਲੇ ਸੁੱਟਣ ਲੱਗਿਆ ਤਾਂ ਸੁੱਟਣ ਨੂੰ ਜੀ ਨਾ ਕਰੇ ਹੱਕ ਹਲਾਲ ਦੀ ਕਮਾਈ ਨਾਲ ਜੋ ਖਰੀਦੇ ਸਨ ਉਤੋਂ ਇੰਨਾ ਪੈਂਡਾ ਵੀ ਤਿਆਰ ਕਰਕੇ ਆਇਆ ਸੀ ਭੁੱਖ ਵੀ ਲੱਗੀ ਹੋਈ ਸੀ ਸਾਰੇ ਆਪ ਹੀ ਖਾ ਲੇ ਜੇ ਕੁਝ ਹੋਊ ਤਾਂ ਮੈਂ ਨਹੀਂ ਹੋਊ ਬੱਚੇ ਤਾਂ ਬਚ ਜਾਣਗੇ ਪਰ ਤਰਾਸਦੀ ਏ ਕਿ ਮੈਨੂੰ ਕੁਝ ਵੀ ਨਹੀਂ ਸੀ ਹੋਇਆ ਉਤੋਂ ਤੁਸੀਂ ਸਾਰੇ ਰੁੱਸ ਗਏ ਤੇ ਮੈਨੂੰ ਲੱਗਿਆ ਮੈਂ ਨਿਆਣਿਆਂ ਦਾ ਹੱਕ ਖਾ ਲਿਆ ਸੀ ਉਸ ਦਿਨ ਸਾਨੂੰ ਪਹਿਲੀ ਵਾਰ ਸਮਝ ਆਇਆ ਕਿ ਇੱਕ ਬਾਪ ਦੀ ਮਨੋਵਸਥਾ ਕੀ ਹੁੰਦੀ ਹੈ ਹਰ ਵੇਲੇ ਆਪਣੇ ਬੱਚਿਆਂ ਦੀ ਸੁੱਖ ਮੰਗਦੀ ਮਨੋਵਸਥਾ ਉਹਨਾਂ ਬੁਲਾਉਂਦੀਆਂ ਨੇ ਕੰਬਲਾਵਾਵਾਂ ਵੱਧਵਾਵਾਂ ਆਪਣੇ ਵਜੂਦ ਤੇ ਲੈਂਦੀ ਹੋਈ ਅਖੀਰੀ ਟਾਈਮ ਤੱਕ ਮੜੀ ਤੇ ਪੈਣ ਦੀ ਕਰ ਵੀ ਪੂਰੀ ਜ਼ਿੰਮੇਵਾਰੀ ਨਾਲ ਰਾਖੀ ਕਰਦੀ ਹੋਈ ਕਈ ਵਾਰ ਤੇ ਇੰਜ ਵੀ ਸੁਣਿਆ ਕਿੰਨੀ ਦੇਰ ਪਹਿਲਾਂ ਮਰ ਚੁੱਕੇ ਵੀ ਜਿਉਂਦੇ ਹੋ ਕੇ ਐਨ ਮੌਕੇ ਤੇ ਰਾਖੀ ਕਰਨ ਅੱਪੜ ਗਏ ਸਨ ਅਗਲੀ ਕਹਾਣੀ 7ਵੀਂ ਜਮਾਤ ਦੀ ਗੱਲ ਹੈ ਸਾਡੇ ਸ਼ਹਿਰ ਵਾਲੇ ਪਲਾਟ ਵਿੱਚ ਅਮਰੂਦਾਂ ਦਾ ਇੱਕ ਬਾਗ ਹੁੰਦਾ ਸੀ। ਇੱਕ ਗਰੀਬ ਪਰਿਵਾਰ ਉੱਥੇ ਨਿੱਕੀ ਜੀ ਕੁਲੀ ਪਾ ਕੇ ਬਾਗਾਂ ਦੀ ਰੱਖੀ ਕਰਿਆ ਕਰਦਾ ਸੀ। ਮੈਂ ਸਕੂਲੋਂ ਘਰੇ ਮੁੜਦਾ ਅਕਸਰ ਹੀ ਬਾਗ 'ਚ ਵੜ ਜਾਂਦਾ ਤੇ ਰੱਜ ਕੇ ਅਮਰੂਦ ਖਾਂਦਾ ਤੇ ਫਿਰ ਕੁਝ ਨਾਲ ਲਿਆਂਦੇ ਝੋਲੇ ਵਿੱਚ ਪਾ ਕੇ ਘਰੇ ਲੈ ਆਉਂਦਾ। ਰਾਖੀ ਕਰਦੇ ਪਰਿਵਾਰ ਦਾ ਇੱਕ ਮੁੰਡਾ ਨਾਮ ਲਾਡੀ ਮੇਰੇ ਹਾਨ ਦਾ ਹੀ ਸੀ। ਮੇਰੇ ਨਾਲ ਕੋਲ ਆਰਟੀਸੀ ਤੇ ਚੜ ਪੱਕੇ ਪੱਕੇ ਅਮਰੂਦ ਤੁੜਵਾ ਦਿੰਦਾ। ਮੇਰੀ ਉਹਦੇ ਨਾਲ ਦੋਸਤੀ ਪੈ ਗਈ। ਫੁੱਟਬਾਲ ਖੇਡਣ ਦਾ جنੂਨ ਦੀ ਹੱਦ ਤੱਕ ਦਾ ਸ਼ੌਕ ਸੀ ਉਹਨੂੰ। ਇੱਕ ਵਾਰ ਆਖਣ ਲੱਗਾ ਕਿ 100 ਰੁਪਏ ਚਾਹੀਦੇ, ਮਾਂ ਦੀ ਦਵਾਈ ਲਿਆਉਣੀ ਹੈ। ਮੈਂ ਪਹਿਲਾਂ ਨਾ ਕਰ ਦਿੱਤੀ ਪਰ ਉਹ ਨਹੀਂ ਦੇਣੀ ਮੈਨੂੰ ਡੰਗਰਾਂ ਦੀ ਤੂੜੀ ਲਿਆਉਣ ਲਈ ਘਰੋਂ ਹਫ਼ਤੇ ਦੀ 100 ਰੁਪਏ ਮਿਲਦੇ ਹੁੰਦੇ ਸਨ। ਮੈਂ ਇਹ 100 ਉਹਨੂੰ ਦੇ ਦਿੱਤੇ ਤੇ ਆਖਿਆ ਵੀ ਵੇਲੇ ਸਿਰ ਮੋੜ ਦੇਵੀ ਨਹੀਂ ਤਾਂ ਬੜਾ ਵੱਡਾ ਪੰਗਾ ਪੈ ਜਾਣਾ ਹੈ ਆਖਣ ਲੱਗਾ ਮੋੜ ਦਿਆਂਗਾ ਪਰ ਕਿਸੇ ਨਾਲ ਗੱਲ ਨਾ ਕਰੀ ਸਾਰਾ ਹਫਤਾ ਤੂੜੀ ਉਧਾਰੀ ਲਿਆ ਕੇ ਡੰਗ ਸਾਰਿਆ ਤੇ ਤੂੜੀ ਵਾਲੇ ਨੂੰ ਆਖਿਆ ਵੀ 128 ਦੇ ਦਿਆਂਗੇ ਫਿਕਰ ਨਾ ਕਰੇ ਦੋ ਤਿੰਨ ਦਿਨਾਂ ਮਗਰੋਂ ਅਮਰੂਦਾਂ ਵਾਲੇ ਬਾਗ ਗਿਆ ਤਾਂ ਗੋ ਮੈਨੂੰ ਉਹ ਮੁੰਡਾ ਨਾਂ ਦੱਸਿਆ ਉਹਦੇ ਬਾਪ ਨੂੰ ਪੁੱਛਿਆ ਕਿੱਥੇ ਗਿਆ ਆਖਣ ਲੱਗਾ ਵੀ ਉਹ ਤੇ ਕੁਝ ਦਿਨ ਹੋਈ ਫੁੱਟਬਾਲ ਟੂਰਨਾਮੈਂਟ ਖੇਡਣ ਲੱਗਲੇ ਸ਼ਹਿਰ ਗਿਆ ਕਿ ਚੋਲ ਦੀ ਮੰਗ ਠੀਕ ਹੋ ਗਈ ਅੱਗੋ ਕਹਿੰਦਾ ਪੁੱਤੋ ਤੇ ਕਈ ਸਾਲ ਪਹਿਲਾਂ ਹੀ ਪੂਰੀ ਹੋ ਗਈ ਸੀ ਮੇਰੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਪੱਕਾ ਯਕੀਨ ਹੋ ਗਿਆ ਤਾਂ ਕਿ ਤੋ ਖਾਦੇ ਗਿਆ ਯਾਰ ਮਾਰ ਹੋ ਗਈ ਆਪਣੇ ਨਾਲ ਜਿੱਦਾਂ ਕਹਿੰਦੇ ਮੁਸੀਬਤ ਕਦੇ ਇਕੱਲੀ ਨਹੀਂ ਆਉਂਦੀ ਘਰੇ ਆਇਆ ਤਾਂ ਅੱਗੇ ਤੂੜੀ ਵਾਲਾ ਪੈਸੇ ਲੈਣ ਆਇਆ ਹੋਇਆ ਵੇੜੇ 'ਚ ਬੈਠਾ ਮੈਨੂੰ ਢੀਕ ਰਿਆ ਸੀ ਲੋਹੇ ਲਾਖੇ ਹੋਏ ਪਿਤਾ ਜੀ ਪੁੱਛਣ ਲੱਗੇ ਵੀ 100 ਰੁਪਏ ਕਿੱਧਰ ਗਿਆ ਮੈਨੂੰ ਘਬਰੇ ਹੋਏ ਨੂੰ ਹੋਰ ਤੇ ਕੋਈ ਗੱਲ ਆਈ ਨਾ ਔਰ ਝੱਟ ਦੇਣੀ ਆਖ ਦਿੱਤਾ ਕਿ ਬਸ ਗਵਾਚ ਗਿਆ ਸੀ। ਪਿਤਾ ਜੀ ਝੂਠ ਫੜਨ ਚ ਬੜੇ ਬਾਹਰ ਸੀ। ਬੜੀ ਜੁੱਤੀ ਫਿਰੀ ਉਸ ਦਿਨ। ਮੇਰਾ ਦੋਸਤੀ ਤੋਂ ਵਿਸ਼ਵਾਸ ਟੁੱਟ ਗਿਆ ਤੇ ਫਿਰ ਮੈਂ ਕੁਝ ਦਿਨ ਅਮਰੂਦਾਂ ਵਾਲੇ ਬਾਗਵਾਲ ਮੋੜ ਨਾ ਕੀਤਾ। ਕੁਝ ਦਿਨ ਮਗਰੋਂ ਪਿਤਾ ਜੀ ਨੇ ਸ਼ਹਿਰੋਂ ਪਿੰਡ ਜਾਂਦਿਆਂ ਅਚਾਨਕ ਸਾਈਕਲ ਬਾਗਵਾਲ ਮੋੜ ਲਿਆ। ਸਾਨੂੰ ਦੇਖ ਲਾਡੀ ਸਾਡੇ ਵੱਲ ਦੌੜਿਆ ਆਇਆ ਤੇ ਮੰਮੀ ਲਫਾਫੇ ਚ ਲਪੇਟੀ 50 50 ਦੇ ਦੋ ਨੋਟ ਮੈਨੂੰ ਫੜਾਉਂਦਿਆਂ ਹੋਇਆ। ਪਿਤਾ ਜੀ ਨੂੰ ਆਖਣ ਲੱਗਾ ਕਿ ਦੇਖੋ ਅੰਕਲ ਜੀ ਮੇਰੇ ਬਾਪ ਵੱਲੋਂ ਪੈਸਿਆਂ ਦੀ ਨਾ ਹੋਣ ਤੇ ਤੁਹਾਡੇ ਮੁੰਡੇ ਵੱਲੋਂ ਉਧਾਰ ਦਿੱਤੇ 100 ਰੁਪਏ ਕਰਕੇ ਬੈਸਟ ਪਲੇਅਰ ਦੀ ਟਰੋਫੀ ਲਿਆਂਦੀ ਹੈ ਤੇ ਨਾਲੇ 200 ਦਾ ਇਨਾਮ ਵੀ ਜਿੱਤਿਆ ਮੈਨੂੰ ਖੜੇ ਖੜੋਤੇ ਨੂੰ ਇੱਕ ਵਾਰ ਫੇਰ ਡਰ ਪੈ ਗਿਆ ਵੀ ਇੱਕ ਵਾਰ ਫੇਰ ਕੁੱਟ ਪਈ ਕਿ ਭਾਈ ਉਹ ਵੀ ਸਾਰਿਆਂ ਸਾਹਮਣੇ ਪਰ ਅਸਲ ਗੱਲ ਪਤਾ ਲੱਗਣ ਤੇ ਸਾਰੀ ਕਹਾਣੀ ਬੜੀ ਵਧੀਆ ਪਾਸੇ ਨੂੰ ਹੋ ਤਰੀ ਪਿਤਾ ਜੀ ਮੈਨੂੰ ਪੁਛਕਾਰਦੇ ਹੋਏ ਆਖਣ ਲੱਗੇ ਕਿ ਪੁੱਤ ਜੇ ਉਸ ਦਿਨ ਸੱਚੀ ਗੱਲ ਦੱਸ ਦਿੰਦਾ ਤਾਂ ਇੰਨੀ ਕੁੱਟਦਾ ਨਾ ਪੈਂਦੀ। ਉਸ ਦਿਨ ਮਗਰੋਂ ਸਾਰੇ ਰਿਸ਼ਤੇਦਾਰਾਂ ਆਣ ਗੁਆਣ ਤੇ ਗਲੀ ਮਹੱਲੇ 'ਚ ਆਪਣੀ ਬੱਲੇ ਬੱਲੇ ਹੋ ਗਈ। ਸੋ ਦੋਸਤੋ ਇਹ ਸੀ ਮੇਰੀ ਜ਼ਿੰਦਗੀ ਦਾ ਕਿਸੇ ਲੋੜਵੰਦ ਨੂੰ ਦਿੱਤਾ ਗਿਆ ਪਹਿਲਾ ਉਦਾਰ। ਸੋ ਦੋਸਤੋ ਇਹ ਸੀ ਮੇਰੀ ਜ਼ਿੰਦਗੀ ਦਾ ਕਿਸੇ ਲੋੜਵੰਦ ਨੂੰ ਦਿੱਤਾ ਗਿਆ ਪਹਿਲਾ ਉਦਾਰ ਤੇ ਮੇਰਾ ਆਪਣੇ ਬਾਪ ਨਾਲ ਮਾਰਿਆ ਗਿਆ ਪਹਿਲਾ ਵੱਡਾ ਝੂਠ। ਜਿਹੜਾ ਵਾਹਿਗੁਰੂ ਦੀ ਕਿਰਪਾ ਸਦਕਾ ਆਖਿਰ ਹੈਪੀ ਐਂਡਿੰਗ ਤੇ ਜਾ ਕੇ ਖਤਮ ਹੋਇਆ। ਅਗਲੀ ਕਹਾਣੀ। ਤਾਇਆ ਪ੍ਰਿਤਪਾਲ ਸਿੰਘ ਬਪੂ ਰਾਂ ਦਾ ਨਿੱਕੇ ਹੁੰਦਿਆਂ ਦਾ ਜਿਗਰੀ ਯਾਰ ਤਕਰੀਬਨ 35 ਸਾਲਾਂ ਬਾਅਦ ਵਾਪਸ ਪਿੰਡ ਪਰਤਿਆ ਸੀ। ਆਪਣੀ ਬਹੁਤੀ ਜ਼ਮੀਨ ਵੇਚ ਸਣੇ ਪਰਿਵਾਰ ਪੱਕਾ ਬਲੇਚ ਵਿੱਚ ਵਸ ਗਿਆ ਸੀ। ਬਾਕੀ ਦੀ ਅਜੇ ਵੀ ਠੇਕੇ ਦੀ ਸੀ। ਨਿੱਕੇ ਹੁੰਦੇ ਆਂ ਸਰੀਰੋਂ ਭਾਰਾ ਹੋਣ ਕਰਕੇ ਸਾਰਿਆਂ ਨੂੰ ਮੋਟਾ-ਮੋਟਾ ਆਕ ਛੇੜਦੇ ਹੁੰਦੇ ਇਹ ਅੱਗੇ ਉੱਚੇ ਛੇੜ ਕੇ ਅਗਲੇ ਨੂੰ ਮਰਨ ਮਾਰਨ ਤੱਕ ਚਲਿਆ ਜਾਂਦਾ ਇੱਕ ਵਾਰ ਤਾਂ ਦਾਤਰੀ ਨਾਲ ਕਿਸੇ ਦੀ ਉਂਗਲੀ ਵੱਢ ਦੇਣ ਲੱਗਾ ਸੀ ਅਜੀਬ ਬਿਲਕੁਲ ਵੱਖਰੇ ਰੂਪ 'ਚ ਸੀ ਆਖਿਆ ਕਰਦਾ ਹੁਣ ਪੱਕਾ ਹੀ ਇੱਥੇ ਰਹਿਣ ਆ ਗਿਆਂ ਸ਼ਾਇਦ ਵਲੈਤ ਜੰਮੀ ਅਗਲੀ ਪੀੜ੍ਹੀ ਨਾਲ ਬਹੁਤੀ ਨਹੀਂ ਸੀ ਬਣਿਆ ਕਰਦੇ ਬਾਪੂ ਜੀ ਮੁਤਾਬਕ ਖਾਣ ਪੀਣ ਰਹਿਣ ਸਹਿਣ ਪੈਣ ਸੌਣ ਸਭ ਕੁਝ ਹੀ ਬਦਲ ਗਿਆ ਸੀ ਬਸ ਇੱਕੋ ਗੱਲ ਐਸੀ ਸੀ ਜਿਹੜੀ ਅਜੇ ਵੀ ਨਹੀਂ ਸੀ ਬਦਲੀ ਉਸੇ ਗੱਲਾਂ-ਗੱਲਾਂ ਵਿੱਚ ਉਹਨੂੰ ਪ੍ਰਿਤਪਾਲ ਮੋਟੂ ਆਖ ਦਿੰਦੇ ਤਾਂ ਅੱਗੇ ਉਹ ਅਜੇ ਵੀ ਗੁੱਸਾ ਕਰ ਜਾਂਦਾ ਆਖਦਾ ਯਾਰ ਆ ਨਾ ਆਖਿਆ ਕਰ ਅਜੇ ਵੀ ਬੜੀ ਚਿੜ ਲੱਗਦੀ ਇੱਕ ਦਿਨ ਉਹਨੂੰ ਉੱਚੇਚਾ ਖੂਹ ਤੇ ਲੈ ਗਏ ਆਖੇ ਤੈਨੂੰ ਇੱਕ ਚੀਜ਼ ਵਿਖਾਉਣੀ ਐ ਮੈਂ ਵੀ ਨਾਲ ਹੀ ਹੋਤ ਰਿਹਾ ਉਸ ਨਵੀਂ ਚੀਜ਼ ਦੀ ਜਿਗਿਆਸਾ ਸ਼ਾਇਦ ਮੇਰੇ ਮਨ ਵਿੱਚ ਵੀ ਘਰ ਕਰ ਗਈ ਸੀ ਰਾਜ ਕਿੰਨਾ ਕੁਝ ਵਿਖਾਉਂਦੇ ਗਏ ਪੈਲੀਆਂ ਨਹਿਰ ਦਾ ਕੰਡਾ ਕਿਕਰ ਰੁੱਖ ਝਾੜੀਆਂ ਕੱਚੇ ਪੱਕੇ ਮਕਾਨ ਸਕੂਲ ਜੰਜ ਘਰ ਕਮਿਊਨਿਟੀ ਸੈਂਟਰ ਖੇਡ ਦਾ ਮੈਦਾਨ ਹੋਰ ਵੀ ਕਿੰਨਾ ਕੁਝ ਅਖੀਰ ਬੰਬੀ ਤੇ ਅਪੜ ਥੋੜਾ ਚਿਰ ਸਾਣੇ ਮੰਝੇ ਤੇ ਬੈਠ ਗਏ ਕੁਝ ਚਿਰ ਇੱਧਰ ਉੱਧਰ ਦੀਆਂ ਗੱਲਾਂ ਮਾਰੀਆਂ ਫਿਰ ਲਾਗੇਉ ਕਮਾਦ ਵਿੱਚੋਂ ਦੋ ਗੰਨੇ ਭੰਨ ਲਿਆਏ ਅਖੇ ਪ੍ਰਿਤਪਾਲ ਚੁੱਪ ਕੇ ਵਖਾ ਅੱਗੇ ਉਹ ਆਖੀ ਜਾਵੇ ਯਾਰ ਨਕਲੀ ਦੰਦਾਂ ਕੋਲੋਂ ਝਾਲ ਨਹੀਂ ਚੱਲੀ ਜਾਣੀ ਰੇ ਰੈ ਕਿ ਉਸ ਚੀਜ਼ ਦਾ ਜ਼ਿਕਰ ਕਰ ਰਿਹਾ ਸੀ ਜਿਹੜੀ ਚੀਜ਼ ਬਾਪੂ ਹੋ ਰਹੀ ਉਹਨੂੰ ਵਖਾਉਣ ਦਾ ਲਾਰਾ ਲਾ ਕੇ ਇੱਥੇ ਲਿਆਏ ਸਨ ਬਾਪੂ ਜੀ ਨੇ ਮਗਰ ਮਗਰ ਤੋੜ ਲਿਆ ਨਿਆਈਆਂ ਵਾਲੇ ਕਿੱਲੇ ਦੀ ਨੁੱਕਰ ਤੇ ਨਹਿਰ ਕੰਢੇ ਉੱਗੇ ਬੋੜ ਦੇ ਰੁੱਖ ਦੇ ਮੋٹے ਟਾਣ ਕੋਲ ਖਲੋ ਗਏ ਫਿਰ ਨਾਲ ਲਿਆਂਦੇ ਟੋਕਰੇ ਨੂੰ ਮੁੱਦਾ ਮਾਰ ਉਸ ਉੱਤੇ ਖਲੋ ਨੂੰ ਸਹਨਤ ਮਾਰ ਕੋਲ ਸਦ ਲਿਆ ਤੇ ਆ ਕਰਨ ਲਗੇ ਆ ਪੜ ਸਭ ਤੋਂ ਪੁਰਾਣੇ ਟਾਣ ਦੇ ਅੰਦਰ ਬਾਦਰੀ ਦੀ ਤਿੱਖੀ ਨੁੱਕਰ ਨਾਲ ਖੁਰਚ ਕੇ ਬਹੁਤ ਪੁਰਾਣਾ ਲਿਖਿਆ ਅਜੇ ਵੀ ਸਾਫ ਸਾਫ ਪੜਿਆ ਜਾ ਰਿਹਾ ਸੀ ਪ੍ਰਿਤਪਾਲ ਮੋਟੂ ਜਮਾਤ 25 ਇਸ ਵਾਰ ਤਾਇਆ ਚਿੜਿਆ ਨਹੀਂ ਸਗੋਂ ਉੱਚੀ ਉੱਚੀ ਰੋ ਪਿਆ ਧੰਨ